ਧਮਕੀ ਕੋਈ ਨਹੀਂ, ਪਿਛਲੀ ਵਾਰੀ ਸਾਨੂੰ ਉੱਥੇ ਕਾਗਜ਼ ਨਹੀਂ ਦਿੱਤੇ ਸੀਗੇ, ਪਰ ਕੋਈ ਬੰਦਾ ਨਹੀਂ ਬਣਦਾ ਮੈਂ ਕੀ ਬੰਦੇ ਬਣਾਵਾਂਗੇ। ਵੀ ਜੇ ਕਿਸੇ ਨੇ ਇਹੋ ਜਿਹੀ ਸ਼ਰਾਰਤ ਹੁਣ ਕਰਨੀ ਹੈ ਤਾਂ ਫਿਰ ਆਪਦਾ ਹਿਸਾਬ ਲਾ ਲੈ। ਅਤੇ ਮੈਂ ਉਹਨਾਂ ਨੂੰ ਇੱਥੋਂ ਹੀ ਕਹਿੰਦਾ ਵੀ ਜੇ ਐਤਕੀ ਹਿੰਮਤ ਆ ਤਾਂ ਹੱਥ ਵੀ ਲਾ ਕੇ ਵਿਖਾਏ ਕੋਈ। ਮੈਂ ਇਲੈਕਸ਼ਨ ਲੜਦਾ ਸੀ MLA ਦਾ, ਉਦੋਂ ਵੀ ਮੈਂ ਕਿਹਾ ਸੀਗਾ ਵੀ MLA ਮੈਂ ਹੀ ਹੋਊਗਾ, ਪਿਛਲੀ ਵਾਰੀ ਸਾਨੂੰ ਉੱਥੇ ਕਾਗਜ਼ ਨਹੀਂ ਦਿੱਤੇ ਸੀਗੇ ਭਰਨ ਨੂੰ, ਤੇ ਜਦੋਂ ਵੋਟਿੰਗ ਹੋਈ ਸੀਗੀ ਤੇ ਲੋਕਾਂ ਨੂੰ ਵੋਟਾਂ ਹੀ ਨਹੀਂ ਪਾਉਣ ਦਿੱਤੀਆਂ, ਜਿਹੜੇ ਆਪਦੀ ਜਿਹੜਾ ਪਤਾ ਸੀ ਉਹਨਾਂ ਨੂੰ ਵੀ ਸਾਡੀ ਵੋਟ ਆ, ਉਹਨੂੰ ਬਾਕੀਆਂ ਨੂੰ ਘੜੀਸ ਕੇ ਕਿਸੇ ਨੂੰ ਬਾਹਾਂ ਤੋਂ ਫੜ ਕੇ ਬਾਹਰ ਕੱਢਿਆ ਗਿਆ ਸੀ। ਸੋ ਉਹਨਾਂ ਕਾਰਨਾਂ ਕਰਕੇ ਮੈਂ ਕਿਹਾ ਸੀਗਾ ਵੀ ਜੇ ਕਿਸੇ ਨੇ ਇਹੋ ਜਿਹੀ ਸ਼ਰਾਰਤ ਹੁਣ ਕਰਨੀ ਹੈ ਤਾਂ ਫਿਰ ਆਪਦਾ ਹਿਸਾਬ ਲਾ ਲੇ, ਜਿਹੜੀ ਬਣਦੀ ਕਾਨੂੰਨੀ ਪ੍ਰਕਿਰਿਆ ਸੀ ਉਹ ਪੂਰੀ ਕਰਾਂਗੇ ਉਹਦੇ ਉੱਤੇ। ਸਰ ਇੱਕ ਪੰਚਾਇਤ ਦਾ ਸਰਪੰਚ ਚੋਣਾਂ ਨੂੰ ਲੈ ਕੇ ਵੀ ਜਿਹੜੀ ਗੱਲ ਕੀਤੀ ਗਈ ਸੀ ਕਿ ਅਸੀਂ ਉਮੀਦਵਾਰ ਨਹੀਂ ਖੜਾ ਕਰਨਾ ਬਲਕਿ ਅਸੀਂ ਐਲਾਨ ਕਰਨਾ ਕਿ ਸਾਡਾ ਜਿਹੜਾ ਸਰਪੰਚ ਸਾਡਾ ਹੋਵੇਗਾ, ਕਿਉਂਕਿ ਜੇ ਗੱਲ ਕਰੀਏ ਤਾਂ ਸਰਬਸੰਮਤੀ ਨਾਲ ਜੇ ਚੋਣ ਹੁੰਦੀ ਹੈ ਤਾਂ ਦੂਜੇ ਧਿਰਾਂ ਦੀ ਵੀ ਜਿਹੜੀ ਸਹਿਮਤੀ ਹੋਣੀ ਜ਼ਰੂਰੀ, ਪਰ ਉੱਥੇ ਤੁਹਾਡੇ ਵੱਲੋਂ ਸਿੱਧਾ ਐਲਾਨ ਕਰ ਦਿੱਤਾ ਗਿਆ ਸਰਪੰਚ ਸਾਡਾ ਹੀ ਹੋਵੇਗਾ ਔਰ ਇਹ ਜਿਹੜਾ ਐਲਾਨ। ਬਿਲਕੁਲ, ਜਦੋਂ ਮੈਂ ਇਲੈਕਸ਼ਨ ਲੜਦਾ ਸੀ MLA ਦਾ ਉਦੋਂ ਵੀ ਮੈਂ ਕਿਹਾ ਸੀਗਾ ਵੀ MLA ਮੈਂ ਹੀ ਹੋਊਂਗਾ ਤੇ ਸਰਕਾਰ ਸਾਡੀ ਬਣੂਗੀ, ਤੇ ਚੋਣ ਪ੍ਰਚਾਰ ਦਾ ਹਿੱਸਾ ਤੇ ਮੈਂ ਤਾਂ ਕਹੂੰਗਾ ਵੀ ਸਰਪੰਚ ਸਾਡਾ ਹੀ ਹੋਊਗਾ ਭਾਈ, ਅਸੀਂ ਬਣਾਵਾਂਗੇ। ਪਰ ਤੁਹਾਡੇ ਵੱਲੋਂ ਸਿੱਧਾ ਐਲਾਨ ਹੀ ਕਰ ਦਿੱਤਾ ਕਿ ਐਲਾਨ ਹੀ ਹੁੰਦਾ ਵੀ ਇਹ ਸਾਡਾ ਸਰਪੰਚ ਹੋਊਗਾ ਬਈ, ਵੋਟਾਂ ਪਾਉਣਗੇ ਲੋਕ, ਚੁਣਨਗੇ। ਜਦੋਂ ਮੈਂ ਮੰਨ ਲਓ ਕੋਈ ਵੀ ਪਾਰਟੀ ਆ ਰਾਜਨੀਤਿਕ ਧਿਰ ਆ ਜਾਂ ਕੋਈ ਵੀ ਬੰਦਾ ਜਦੋਂ ਇਲੈਕਸ਼ਨ ਲੜਦਾ ਤੇ ਉਹਦੇ ਨਾਲ ਦੇ ਜਾਂ ਉਹ ਕਹਿੰਦਾ ਹੀ ਹੁੰਦਾ ਵੀ ਸਾਡਾ ਹੀ ਬਣੂਗਾ ਬੰਦਾ, ਤੇ ਮੈਂ ਕਿਹਾ ਵੀ ਸਾਡਾ ਹੀ ਬਣੂਗਾ। ਪਰ ਉਹਦੇ ਚ ਇੱਕ ਗੱਲ ਤੁਸੀਂ ਲਾਸਤੇ ਕਹੀ ਸੀ ਕਿ ਸਰਬਸੰਮਤੀ ਨਾਲ ਜਿਹੜਾ ਚੁਣਿਆ ਗਿਆ, ਅਗਰ ਇਸ ਵਿੱਚ ਵੀ ਕਿਸੇ ਵੱਲੋਂ ਕੋਈ ਸ਼ਰਤ ਕੀਤੀ? ਨਹੀਂ, ਮੈਂ ਇਹ ਵਰਡਿੰਗ ਕੋਈ ਵੀ ਨਹੀਂ ਬੋਲੀ ਵਿੱਚ ਵੀ ਸਰਬਸੰਮਤੀ ਨਾਲ ਚੁਣਿਆ ਜਾਂਦਾ, ਇਹ ਤੁਸੀਂ ਦੁਬਾਰਾ ਸੁਣ ਲਿਓ। ਧਮਕੀ ਕੋਈ ਨਹੀਂ, ਪਿਛਲੀ ਵਾਰੀ ਸਾਨੂੰ ਉੱਥੇ ਕਾਗਜ਼ ਨਹੀਂ ਦਿੱਤੇ ਸੀਗੇ ਭਰਨ ਨੂੰ। ਪਰ ਜੇ ਕੋਈ ਬੰਦਾ ਨਹੀਂ ਬਣਦਾ ਮੈਂ ਕੀ ਬੰਦੇ ਬਣਾਵਾਂਗੇ। ਵੀ ਜੇ ਕਿਸੇ ਨੇ ਇਹੋ ਜਿਹੀ ਸ਼ਰਾਰਤ ਹੁਣ ਕਰਨੀ ਹੈ ਤਾਂ ਫਿਰ ਆਪਦਾ ਹਿਸਾਬ ਲਾ ਲੈ। ਅਤੇ ਮੈਂ ਉਹਨਾਂ ਨੂੰ ਇੱਥੋਂ ਹੀ ਕਹਿੰਦਾ ਵੀ ਜੇ ਐਤਕੀ ਹਿੰਮਤ ਆ ਤਾਂ ਹੱਥ ਵੀ ਲਾ ਕੇ ਵਿਖਾਏ ਕੋਈ। ਮੈਂ ਇਲੈਕਸ਼ਨ ਲੜਦਾ ਸੀ MLA ਦਾ ਉਦੋਂ ਵੀ ਮੈਂ ਕਿਹਾ ਸੀਗਾ ਵੀ MLA ਮੈਂ ਹੀ ਹੋਊਂਗਾ, ਬੰਦਾ ਜਦੋਂ ਇਲੈਕਸ਼ਨ ਲੜਦਾ ਤੇ ਉਹਦੇ ਨਾਲ ਦੇ ਜਾਂ ਉਹ ਕਹਿੰਦਾ ਹੀ ਹੁੰਦਾ ਵੀ ਸਾਡਾ ਹੀ ਬਣੂਗਾ ਬੰਦਾ, ਤੇ ਮੈਂ ਕਿਹਾ ਵੀ ਸਾਡਾ ਹੀ ਬਣੂਗਾ। ਧਮਕੀ ਕੋਈ ਨਹੀਂ, ਪਿਛਲੀ ਵਾਰੀ ਸਾਨੂੰ ਉੱਥੇ ਕਾਗਜ਼ ਨਹੀਂ ਦਿੱਤੇ ਸੀਗੇ ਭਰਨ ਨੂੰ, ਤੇ ਜਦੋਂ ਵੋਟਿੰਗ ਹੋਈ ਸੀਗੀ ਤੇ ਲੋਕਾਂ ਨੂੰ ਵੋਟਾਂ ਹੀ ਨਹੀਂ ਪਾਉਣ ਦਿੱਤੀਆਂ, ਜਿਹੜੇ ਆਪਦੀ ਜਿਹੜਾ ਪਤਾ ਸੀ ਉਹਨਾਂ ਨੂੰ ਵੀ ਸਾਡੀ ਵੋਟ ਆ, ਉਹਨੂੰ ਬਾਕੀਆਂ ਨੂੰ ਘੜੀਸ ਕੇ ਕਿਸੇ ਨੂੰ ਬਾਹਾਂ ਤੋਂ ਫੜ ਕੇ ਬਾਹਰ ਕੱਢਿਆ ਗਿਆ ਸੀ। ਸੋ ਉਹਨਾਂ ਕਾਰਨਾਂ ਕਰਕੇ ਮੈਂ ਕਿਹਾ ਸੀਗਾ ਵੀ ਜੇ ਕਿਸੇ ਨੇ ਇਹੋ ਜਿਹੀ ਸ਼ਰਾਰਤ ਹੁਣ ਕਰਨੀ ਹੈ ਤਾਂ ਫਿਰ ਆਪਦਾ ਹਿਸਾਬ ਲਾ ਲੇ, ਜਿਹੜੀ ਬਣਦੀ ਕਾਨੂੰਨੀ ਪ੍ਰਕਿਰਿਆ ਸੀ ਉਹ ਪੂਰੀ ਕਰਾਂਗੇ ਉਹਦੇ ਉੱਤੇ। ਸਰ ਇੱਕ ਪੰਚਾਇਤ ਦਾ ਸਰਪੰਚ ਚੋਣਾਂ ਨੂੰ ਲੈ ਕੇ ਵੀ ਜਿਹੜੀ ਗੱਲ ਕੀਤੀ ਗਈ ਸੀ ਕਿ ਅਸੀਂ ਉਮੀਦਵਾਰ ਨਹੀਂ ਖੜਾ ਕਰਨਾ ਬਲਕਿ ਅਸੀਂ ਐਲਾਨ ਕਰਨਾ ਕਿ ਸਾਡਾ ਜਿਹੜਾ ਸਰਪੰਚ ਸਾਡਾ ਹੋਵੇਗਾ, ਕਿਉਂਕਿ ਜੇ ਗੱਲ ਕਰੀਏ ਤਾਂ ਸਰਬਸੰਮਤੀ ਨਾਲ ਜੇ ਚੋਣ ਹੁੰਦੀ ਹੈ ਤਾਂ ਦੂਜੇ ਧਿਰਾਂ ਦੀ ਵੀ ਜਿਹੜੀ ਸਹਿਮਤੀ ਹੋਣੀ ਜ਼ਰੂਰੀ, ਪਰ ਉੱਥੇ ਤੁਹਾਡੇ ਵੱਲੋਂ ਸਿੱਧਾ ਐਲਾਨ ਕਰ ਦਿੱਤਾ ਗਿਆ ਸਰਪੰਚ ਸਾਡਾ ਹੀ ਹੋਵੇਗਾ ਔਰ ਇਹ ਜਿਹੜਾ ਐਲਾਨ। ਬਿਲਕੁਲ, ਜਦੋਂ ਮੈਂ ਇਲੈਕਸ਼ਨ ਲੜਦਾ ਸੀ MLA ਦਾ ਉਦੋਂ ਵੀ ਮੈਂ ਕਿਹਾ ਸੀਗਾ ਵੀ MLA ਮੈਂ ਹੀ ਹੋਊਂਗਾ ਤੇ ਸਰਕਾਰ ਸਾਡੀ ਬਣੂਗੀ, ਤੇ ਚੋਣ ਪ੍ਰਚਾਰ ਦਾ ਹਿੱਸਾ ਤੇ ਮੈਂ ਤਾਂ ਕਹੂੰਗਾ ਵੀ ਸਰਪੰਚ ਸਾਡਾ ਹੀ ਹੋਊਗਾ ਭਾਈ, ਅਸੀਂ ਬਣਾਵਾਂਗੇ। ਪਰ ਤੁਹਾਡੇ ਵੱਲੋਂ ਸਿੱਧਾ ਐਲਾਨ ਹੀ ਕਰ ਦਿੱਤਾ ਕਿ ਐਲਾਨ ਹੀ ਹੁੰਦਾ ਵੀ ਇਹ ਸਾਡਾ ਸਰਪੰਚ ਹੋਊਗਾ ਬਈ, ਵੋਟਾਂ ਪਾਉਣਗੇ ਲੋਕ, ਚੁਣਨਗੇ। ਜਦੋਂ ਮੈਂ ਮੰਨ ਲਓ ਕੋਈ ਵੀ ਪਾਰਟੀ ਆ ਰਾਜਨੀਤਿਕ ਧਿਰ ਆ ਜਾਂ ਕੋਈ ਵੀ ਬੰਦਾ ਜਦੋਂ ਇਲੈਕਸ਼ਨ ਲੜਦਾ ਤੇ ਉਹਦੇ ਨਾਲ ਦੇ ਜਾਂ ਉਹ ਕਹਿੰਦਾ ਹੀ ਹੁੰਦਾ ਵੀ ਸਾਡਾ ਹੀ ਬਣੂਗਾ ਬੰਦਾ, ਤੇ ਮੈਂ ਕਿਹਾ ਵੀ ਸਾਡਾ ਹੀ ਬਣੂਗਾ। ਪਰ ਉਹਦੇ ਚ ਇੱਕ ਗੱਲ ਤੁਸੀਂ ਲਾਸਤੇ ਕਹੀ ਸੀ ਕਿ ਸਰਬਸੰਮਤੀ ਨਾਲ ਜਿਹੜਾ ਚੁਣਿਆ ਗਿਆ, ਅਗਰ ਇਸ ਵਿੱਚ ਵੀ ਕਿਸੇ ਵੱਲੋਂ ਕੋਈ ਸ਼ਰਤ ਕੀਤੀ? ਨਹੀਂ, ਮੈਂਇਹ ਵਰਡਿੰਗ ਕੋਈ ਵੀ ਨਹੀਂ ਬੋਲੀ ਵਿੱਚ ਵੀ ਸਰਬਸੰਮਤੀ ਨਾਲ ਚੁਣਿਆ ਜਾਂਦਾ, ਇਹ ਤੁਸੀਂ ਦੁਬਾਰਾ ਸੁਣ ਲਿਓ।